ਜੀ ਬਿਲਕੁਲ, ਇਹ ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਹੈ ਜੋ ਐਮਾਜ਼ੋਨ ਨੇ ਟੋਇਲਟ ਸੀਟ ਉੱਤੇ ਔਰ ਫੁੱਟਮੈਟ ਉੱਤੇ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪ ਕੇ ਵੇਚਣੇ ਸ਼ੁਰੂ ਕੀਤੇ। ਇਹ ਨਿਰਾਦਰ ਵੀ ਆ, ਇਹ ਬੇਅਦਬੀ ਵੀ ਆ, ਔਰ ਇਹ ਕੰਮ ਪਹਿਲਾਂ ਵੀ ਐਮਾਜ਼ੋਨ ਨੇ ਕੀਤਾ ਸੀ। ਉਸ ਵੇਲੇ ਅਸੀਂ ਇਹਨਾਂ ਦੇ ਖਿਲਾਫ਼ ਜਦੋਂ ਕਾਨੂੰਨੀ ਕਾਰਵਾਈ ਕੀਤੀ, ਇਹਨਾਂ ਨੇ ਮਾਫ਼ੀ ਮੰਗ ਕੇ ਇਹ ਗੱਲ ਕਹੀ ਸੀ ਕਿ ਸਾਡਾ ਕਸੂਰ ਨਹੀਂ, ਸਾਡੇ ਜਿਹੜਾ ਔਨਲਾਈਨ ਡੀਲਰ ਸੀਗਾ ਉਸਨੇ ਆਪਣੇ ਆਪ ਅਪਲੋਡ ਕਰਤੀ, ਸਾਡੀ ਜਾਣਕਾਰੀ 'ਚ ਨਹੀਂ ਆਇਆ ਸੀ, ਔਰ ਇਹ ਵੀ ਅਸ਼ੋਰੈਂਸ ਦਿੱਤੀ ਸੀ ਕਿ ਦੁਬਾਰਾ ਐਸਾ ਉਹ ਬੱਜਰ ਪਾਪ ਨਹੀਂ ਕਰਨਗੇ। ਲੇਕਿਨ ਹੁਣ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ, ਅੱਜ ਅਸੀਂ ਦਿੱਲੀ ਪੁਲਿਸ ਦੇ ਕੋਲ ਨੌਰਥ ਵੈਨਿਊ ਪੁਲਿਸ ਸਟੇਸ਼ਨ ਦੇ ਅੰਦਰ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਾਇਆ 295A ਦਾ, ਔਰ ਅਸੀਂ ਯਕੀਨੀ ਬਣਾਵਾਂਗੇ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਈਏ ਅਰਕੀ, ਤਾਂ ਕਿ ਦੁਬਾਰਾ ਕੋਈ ਐਸੀ ਜ਼ੁਰਤ ਨਾ ਕਰ ਸਕੇ। ਕੋਈ ਵੀ, ਮੈਂ ਸਮਝਦਾ ਕਿ ਦਿਮਾਗ ਤੋਂ ਦਰੁਸਤ ਆਦਮੀ ਜਿਹੜਾ ਅਲਪਮਤ ਬੁੱਧੀ ਦਾ ਜੀਵ ਹੋਵੇ, ਉਹ ਵੀ ਐਡੀ ਗੁਸਤਾਖੀ ਨਹੀਂ ਕਰ ਸਕਦਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਕੋਈ ਫੁੱਟਮੈਟ ਉੱਤੇ ਛਾਪ ਦੇਵੇ ਜਾਂ ਟੋਇਲਟ ਸੀਟ ਉੱਤੇ ਛਾਪ ਦੇਵੇ। ਇਹ ਇੰਤਿਹਾਦੀ ਬੇਅਦਬੀ ਆ, ਔਰ ਇਹਦੇ ਵਾਸਤੇ ਐਮਾਜ਼ੋਨ ਨੂੰ ਇਹਦਾ ਭੁਗਤਾਨ ਕਰਨਾ ਪਊਗਾ। ਐਰ ਕਿ ਅਸੀਂ ਛੱਡਣ ਵਾਲੇ ਨਹੀਂ, ਇਸ ਕਰਕੇ ਮੁਕੱਦਮਾ ਦਰਜ ਕਰਾਇਆ, ਔਰ ਯਕੀਨੀ ਬਣਾਵਾਂਗੇ ਕਿ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾਵਾਂ ਦਵਾਈਆਂ ਜਾਣ।